ਦੋਸਤੋ ਕੀ ਹਾਲ ਚਾਲ ਨੇ, ਤੁਸੀਂ ਵੇਖ ਰਹੇ ਹੋ ਮਧੁਰ ਹੁਸੈਨ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮਧੁਰ ਹੁਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਣਾ, ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਦੋਸਤਾਂ ਨਵੀਂ ਤੋਂ ਨਵੀਂ ਚੀਜ਼ ਲਿਆ ਕੇ ਦੇਵਾਂ, ਇਹਦੇ ਵਾਸਤੇ ਜਿੰਨਾ ਮਰਜ਼ੀ ਮੈਨੂੰ ਸਫ਼ਰ ਕਰਨਾ ਪਵੇ। ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ 13 ਵੱਛਿਆਂ ਦੀ। ਹੁਣ ਮੇਰਾ ਕੈਮਰਾਮੈਨ ਤੁਹਾਨੂੰ ਵੱਛੇ ਦਿਖਾਉਂਦਾ, ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਮਾਲਕ ਨਾਲ ਕਿ ਇਹ ਵੱਛੇ ਕਿਹੜੀ ਨਸਲ ਹੈ ਜੀ, ਕਿਹੜੀ ਨਸਲ ਹੈ, ਕਿੰਨੀ ਇਹਨਾਂ ਦੀ ਉਮਰ ਹੈ, ਕੀ ਹਿਸਾਬ ਕਿਤਾਬ ਹੈ। ਇਹ ਮੇਰਾ ਕੈਮਰਾਮੈਨ ਵੱਛਿਆਂ 'ਤੇ ਲਾਉਂਦਾ ਜਾਂਦਾ, ਅਜੇ ਟੁਰਿਆ ਜਾਂਦਾ। ਕੈਮਰਾਮੈਨ ਸਾਹਿਬ ਸੱਲੀ ਕਰਵਾਉਂਦੇ ਜਾਓ ਅਤੇ ਟੁਰੇ ਜਾਓ, ਵੀਡੀਓ ਜ਼ਿਆਦਾ ਲੰਬੀ ਨਾ ਹੋਣ ਦਿਆ ਜੇ, ਤਾਂ ਕਿ ਮੇਰੇ ਬੇਲੀ ਆਉਣੇ ਨੇ। ਭਾਈ ਮੈਂ ਤਾਂ ਤੂੰ ਵੀਡੀਓ ਬੜੀ ਲੰਬੀ ਵਿਖਾਉਣ ਹੈ, ਕੋਈ ਹੋਰ ਵੀ ਕੰਮ ਕਰਨਾ ਹੁੰਦਾ ਕਿ ਤੇਰੀਆਂ ਵੀਡੀਓ ਵੇਖਣ 'ਤੇ ਰਹੀਏ। ਅਤੇ ਇਹ ਮਧੁਰ ਹੁਸੈਨ ਟੀਵੀ ਚੈਨਲ ਇੱਕ ਬ੍ਰਾਂਡ ਚੈਨਲ ਹੈ ਔਰ ਬ੍ਰਾਂਡ ਅਲਹਮਦੁਲਿਲਾ ਚੀਜ਼ਾਂ ਚੜ੍ਹਾਉਂਦਾ ਹੈ, ਅਤੇ ਇਹਦੇ ਚੈਨਲ ਦੇ ਵਿੱਚ ਕੂੜ ਛੜੱਪ ਨਹੀਂ ਹੈਗੇ, ਇਹ ਗੱਲਾਂ ਸੱਚੀਆਂ ਅਤੇ ਖਰੀਆਂ ਕਰਦਾ ਅਲਹਮਦੁਲਿਲਾ। ਅਤੇ ਬੜੀ ਬੜੀ ਦੂਰ ਜਾ ਕੇ ਸਫ਼ਰ ਕਰਕੇ ਵੀਡੀਓ ਪਾਉਂਦਾ ਹੈ, ਅਤੇ ਬੜੇ ਬੜੇ ਲਮੋਲ ਹੀ ਰਹੇ ਇਨਸ਼ਾਅੱਲਾ ਅਲਹਮਦੁਲਿਲਾ ਚੜ੍ਹਾਉਂਦਾ ਹੈ, ਅਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਦੋਸਤਾਂ ਨੂੰ ਵਿਖਾਉਂਦਾ ਰੋਜ਼। ਇਹ ਵੱਛਾ ਨੰਬਰ ਮੇਰਾ ਕੈਮਰਾਮੈਨ ਸਾਰੇ ਵਿਖਾ ਰਿਹਾ, 13 ਵੱਛੇ ਨੇ ਜੀ। ਇਹ ਮਾਲਕ ਕਹਿੰਦਾ ਜੇ ਕੋਈ 13 ਲੈਣਾ ਚਾਹੇ ਤਾਂ 13 ਲੈ ਲੈ, ਜੇ ਕੋਈ 2-4 ਲੈਣਾ ਚਾਹੇ ਤਾਂ 2-4 ਲੈ ਲੈ। ਕੈਮਰਾਮੈਨ ਸਾਹਿਬ ਸੱਲੀ ਕਰਾਓ ਜ਼ਰਾ ਸਾਰਿਆਂ ਦੀ। ਇਹ ਵੱਛੇ ਖੜ੍ਹੇ ਨੇ ਜੀ, ਮਾਲਕਾਂ ਨੇ ਖੁਰਲੀ 'ਤੇ ਵੱਧੇ ਹੋਏ ਨੇ। ਬਾਕੀ ਗੱਲਾਂ ਬਾਤਾਂ ਸਾਰੀਆਂ ਗਰੰਟੀਆਂ ਲੈਣੀਆਂ ਨੇ ਮਾਲਕ ਕੋਲੋਂ, ਬਾਕੀ ਸਾਰਾ ਜੋ ਇਹਨਾਂ ਦਾ ਹਿਸਾਬ ਕਿਤਾਬ ਹੈ ਉਹ ਪੁੱਛਣਾ ਮਾਲਕ ਕੋਲੋਂ ਕਿ ਇਹ ਕਿਹੜੀ ਕਿਹੜੀ ਨਸਲ ਦੇ ਵੱਛੇ ਨੇ ਜੀ, ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਜੀ। ਕੈਮਰਾਮੈਨ ਸਾਹਿਬ ਸੱਲੀ ਕਰਵਾ ਦਿਆ ਜੇ, ਮੇਰੇ ਭਾਈ ਇਹਨਾਂ ਦੱਸਣ ਕਿ ਯਾਰ ਤੁਸੀਂ ਜਾਨਵਰ ਪੂਰੀ ਤਰ੍ਹਾਂ ਵਿਖਾਉਂਦੇ ਨਹੀਂ ਯਾਰ, ਤਸੱਲੀ ਨਹੀਂ ਕਰਾਉਂਦੇ, ਅਤੇ ਤਸੱਲੀ ਕਰਾ ਦਿਆ ਕਰ ਮੇਰੇ ਭਰਾਵਾਂ ਦੀ। ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਇਨਸ਼ਾਅੱਲਾ ਤਾਲਾ ਇਹ ਅੱਜ ਵਾਲੀ ਵੀਡੀਓ ਬਹੁਤ ਬਹੁਤ ਪਸੰਦ ਆਵੇਗੀ, ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ ਅਤੇ ਬੈੱਲ ਆਈਕਾਊਂ ਦੇ ਬਟਨ ਨੂੰ ਦਬਾਇਆ ਕਰੋ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਅਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ, ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਰੋਜ਼ ਇਨਸ਼ਾਅੱਲਾ ਨਵੀਂ ਤੋਂ ਨਵੀਂ ਵੀਡੀਓ ਵੇਖੋਗੇ। ਮੇਰਾ ਕੈਮਰਾਮੈਨ ਤੁਹਾਨੂੰ ਸਭ ਕੁਝ ਦਿਖਾ ਰਿਹਾ ਔਰ ਤੁਸੀਂ ਦੇਖ ਰਹੇ ਹੋ। ਉਸ ਤੋਂ ਬਾਅਦ ਗੱਲਾਂ ਕਰਨੀਆਂ ਸਾਰੀਆਂ ਮਾਲਕ ਨਾਲ ਕਿ ਇਹਨਾਂ ਬੱਚਿਆਂ ਦਾ ਕੀ ਹਿਸਾਬ ਕਿਤਾਬ ਹੈ ਜੀ। ਕੈਮਰਾਮੈਨ ਸਾਹਿਬ ਸੱਲੀ ਕਰਾ ਲਿਆ ਇਹ ਸੱਲੀ ਜਾਨਵਰਾਂ ਦੀ, ਚੋਲਸਤਾਨੀ ਤੇ ਲਾਓ। ਇਹ ਬੱਚੇ ਨੇ ਜੀ, ਇਹ ਲਾਉਂਦੇ ਜਾਓ ਇੱਕ ਵਾਰੀ ਫਿਰ। ਇਹ ਬੱਚੇ ਨੇ ਜੀ ਮਾਸ਼ਾਅੱਲਾ, ਇੱਕੋ ਖੁਰਲੀ ਦੇ ਮਾਲਕ ਨੇ ਵੱਧੇ ਨੇ। ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਜੀ। ਇਹ ਸਾਰੀਆਂ ਗਰੰਟੀਆਂ ਲੈਂਦੇ ਆਪਾਂ ਹੁਣ ਮਾਲਕ ਕੋਲੋਂ। ਇਹ ਮਧੁਰ ਹੁਸੈਨ ਟੀਵੀ ਚੈਨਲ ਇੱਕ ਬ੍ਰਾਂਡ ਚੈਨਲ ਹੈ ਔਰ ਬ੍ਰਾਂਡ ਚੀਜ਼ਾਂ ਚੜ੍ਹਾਉਂਦਾ ਅਲਹਮਦੁਲਿਲਾ, ਔਰ ਬੜਾ ਬੜਾ ਦੂਰ ਜਾ ਕੇ ਬੜਾ ਬੜਾ ਸਫ਼ਰ ਕਰਕੇ ਵੀਡੀਓ ਪਾਉਂਦਾ। ਹੁਣ ਆਪਾਂ ਗੱਲ ਕਰਨੇ ਆ ਮਾਲਕ ਨਾਲ। ਇੱਧਰ ਆਓ ਭਾਈ, ਮੇਰੇ ਨੇੜੇ ਹੋ, ਸਿੱਧਾ ਹੋ ਕੇ ਕੈਮਰੇ ਮੈਨੂੰ ਵੇਖੋ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਨੇ ਭਾਈ? ਠੀਕ ਠਾਕ। ਸਭ ਤੋਂ ਪਹਿਲਾਂ ਨਾਂ ਦੱਸੋ, ਤੁਹਾਡਾ ਨਾਂ ਕੀ? ਰਾਣਾ ਅਰਸ਼ਦ। ਭਾਈ ਰਾਣਾ ਅਰਸ਼ਦ ਸਾਹਿਬ, ਇਹ ਤੁਹਾਡੇ ਬੱਚੇ ਵਿਖਾਏ ਨੇ, ਇਹਨਾਂ ਦਾ ਕੀ ਹਿਸਾਬ ਕਿਤਾਬ ਹੈ, ਕਿਹੜੀ ਕਿਹੜੀ ਨਸਲ ਦੇ ਬੱਚੇ ਨੇ ਤੇ ਕਿੰਨੇ ਕਿੰਨੇ ਨੇ? ਉੱਚੀ ਥੋੜਾ ਜਿਹਾ, ਉੱਚੀ। 13 ਬੱਚੇ ਨੇ, ਉੱਚੀ ਥੋੜਾ ਜਿਹਾ। ਕੋਈ ਹੈਗੇ ਨੇ ਸਾਹੀਵਾਲ। ਸਾਹੀਵਾਲ ਕਿੰਨੇ ਨੇ ਦੱਸੋ ਵਣ ਕਰਕੇ? ਸਾਹੀਵਾਲ ਹੈਗੇ ਨੇ 4। ਸਾਹੀਵਾਲ 4 ਬੱਚੇ ਨੇ, ਤੇ ਚੋਲਸਤਾਨੀ ਵਿੱਚ ਬੱਚੇ ਕਿੰਨੇ ਨੇ? ਚੋਲਸਤਾਨੀ 2। ਚੋਲਸਤਾਨੀ, ਇੱਧਰ ਨੂੰ ਕੈਮਰਾ ਮੈਨੇ ਮੂੰਹ ਕਰੋ ਨਾ, ਬਾਅਦ ਚ ਆਸ-ਪਾਸ ਦੇਖ ਲਿਆ। ਚੋਲਸਤਾਨੀ 2। ਅੱਛਾ, ਤੇ ਬਾਕੀ ਕਿਹੜੀ ਨਸਲ ਹੈ? ਬਾਕੀ ਸਾਰੇ ਧੰਨੀ। ਬਾਕੀ ਸਾਰੇ ਧੰਨੀ ਦੇ? ਚੋਲਸਤਾਨੀ 2, ਸਾਹੀਵਾਲ 4, ਬਾਕੀ ਸਾਰੇ ਧੰਨੀ ਦੇ ਨੇ। ਇਹ ਟੋਟਲ ਬੱਚੇ ਕਿੰਨੇ ਨੇ? 13। 13 ਬੱਚੇ ਨੇ, ਤੇ ਆਪਾਂ ਇਕੱਠੇ ਹੀ ਵੇਚਣੇ ਨੇ ਮੁੱਠੇ ਦੇ ਹਿਸਾਬ ਨਾਲ? ਇਕੱਠੇ ਹੀ ਆਉਣੇ ਜੀ ਵੇਚਣੇ ਨੇ ਆਪਾਂ ਮੁੱਠੇ ਦੇ ਹਿਸਾਬ ਨਾਲ। ਅਤੇ ਇਹਨਾਂ ਦੀ ਪਿਆਰ ਮੁਹੱਬਤ ਵਾਲੀ ਸਾਰਿਆਂ ਨੂੰ ਨਿੱਕਿਆਂ ਵੱਡਿਆਂ ਦੀ ਕੀਮਤ ਕੀ ਹੈ ਪੂਰੀ ਪੂਰੀ? 60 ਤੋਂ 65। ਨਹੀਂ ਨਹੀਂ, ਟੋਟਲ ਪੈਸੇ ਕਿੰਨੇ ਨੇ, ਕਿੰਨੇ ਲੱਖ ਰੁਪਈਆ ਟੋਟਲ? 7.5 ਲੱਖ ਰੁਪਏ ਮੇਰੇ ਭਾਈ ਨੇ ਮੁੱਲ ਕੀਤਾ ਜੀ। ਅਤੇ ਇਹ ਕਿਸੇ ਨੂੰ ਜਾਨਵਰ ਪਸੰਦ ਆ ਜਾਣ ਤਾਂ ਮੈਂ ਇਹ ਜਾਨਵਰ ਰੋਕ ਲਾਂਗਾ। ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ। ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਊਂ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।